ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਜੀ। ਆਇਓ ਮੇਰੇ ਭਰਾ, ਜਿੰਨੇ ਵੀ ਹੈਗੇ ਅਲੱਗ ਅਲੱਗ ਤੋਂ ਗੱਲਾਂ ਕਰਦੀਆਂ ਸੀ ਮੇਰਾ ਵੀ ਥੋੜ੍ਹੇ ਨਾਲ। ਸਾਰਿਆਂ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ। ਅਤੇ ਬੜਾ ਗੰਭੀਰ ਮੁੱਦਾ ਹੈ ਨਾ ਜਿਹੜਾ ਸਾਰਿਆਂ ਸਾਹਮਣੇ ਛਿੜਿਆ ਹੋਇਆ ਸਾਰਿਆਂ ਨੂੰ ਹੈ ਨਾ। ਸਵੇਰ ਦਾ ਮੈਂ ਖਬਰਾਂ ਦੇਖ ਰਿਹਾ ਸੀ ਹੈ ਨਾ ਵੀ ਕੀ ਕੁਛ ਚੱਲੀ ਜਾਂਦਾ। ਕੱਲ੍ਹ ਗਾਜ਼ੀਪੁਰ ਬਾਰਡਰ 'ਤੇ ਹੈ ਨਾ, ਅੱਜ ਸਿੰਘੂ ਬਾਰਡਰ 'ਤੇ ਹੈ ਨਾ, ਟਿੱਕਰੀ ਬਾਰਡਰ 'ਤੇ ਹੈ ਨਾ, ਕੁਛ ਕੁ ਜਿਹੜੇ ਸ਼ਰਾਰਤੀ ਅਨਸਰ ਨੇ, ਬੀ ਜੇ ਪੀ ਵਾਲੇ ਹੋ ਗਏ, ਇੱਦਾਂ ਦੇ ਯਾਨੀ ਕਿ ਪਾਲੇ ਹੋਏ ਗੁੰਡੇ ਨੇ ਹੈ ਨਾ, ਅਤੇ ਵੀ ਉਹ ਯਾਨੀ ਕਿ ਹਾਲਾਤ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਤੇ ਦੋ ਤਿੰਨ ਦਿਨਾਂ ਤੋਂ ਪਿੱਛੇ ਜਿੱਦਣ ਦੀ 26 ਤਰੀਕ ਵਾਲੀ ਪਰੇਡ ਹੋਈ ਹੈ ਹੈ ਨਾ, ਨੈਗੇਟਿਵਿਟੀ ਯਾਨੀ ਕਿ ਸਪਰੈਡ ਹੋ ਰਹੀ ਹੈ ਵੀ ਉਹ ਮਾੜਾ, ਉਹ ਘਟੀਆ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ ਹੈ ਨਾ। ਚਲੋ ਕੋਈ ਵੀ ਚੀਜ਼ ਹੁੰਦੀ ਹੈ ਨਾ, ਆਪਾਂ ਸਾਰੇ ਇਨਸਾਨ, ਆਪਾਂ ਸਾਰਿਆਂ ਤੋਂ ਗਲਤੀਆਂ ਹੁੰਦੀਆਂ, ਠੀਕ ਹੈ। ਚਲੋ ਆਪਾਂ ਕਹਿੰਦੇ ਵੀ ਉਹਨੇ ਗਲਤ ਕੀਤਾ, ਠੀਕ ਹੈ, ਚਲੋ ਜੋ ਵੀ, ਪਹਿਲੀ ਗੱਲ ਤਾਂ ਕੋਈ ਐਡੀ ਕੋਈ ਗੱਲ ਨਹੀਂ, ਜੇ ਈਵਨ ਹੋ ਵੀ ਗਈ ਤਾਂ ਆਪਾਂ ਕਹਿੰਦੇ ਵੀ ਚਲੋ ਬੁਰਾ ਹੋਇਆ। ਪਰ ਹੁਣ ਆਪਾਂ ਉਹ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਵੀ ਭੁੱਲ ਕੇ ਸਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ। ਅਤੇ ਦੂਜੀ ਗੱਲ ਹੈ ਨਾ, ਜਿੰਨੇ ਵੀ ਅੱਜ ਮੈਂ ਦੇਖ ਜਾਂਦਾ ਸੀਗਾ ਵੀ ਕੁਛ ਕੁ ਯਾਨੀ ਕਿ ਜਿਹੜੇ ਪਹਾੜੇ ਦੀਆਂ ਡੰਮੀਆਂ ਹੁੰਦੀਆਂ ਨੇ, ਇਕੱਠੀਆਂ ਕਰਕੇ ਡਾਂਗਾਂ ਲੈ ਕੇ ਹੈ ਨਾ, ਕੋਈ ਟੈਂਟ ਅਖਾੜਨ ਦੀ ਕੋਸ਼ਿਸ਼ ਕਰ ਰਹੇ ਸੀ, ਕੋਈ ਕੁਛ ਹੋਰ ਕਰ ਰਹੇ ਸੀ। ਮੈਨੂੰ ਨਹੀਂ ਲੱਗਦਾ ਵੀ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਪੈਣਾ। ਜਿੰਨਾ ਛੇੜੋਂਗੇ ਇਹ ਭਰਿੰਡਾਂ ਦੇ ਛੱਤੇ ਮੰਗੂਗੇ, ਜਿੰਨਾ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਉਨਾ ਜ਼ਿਆਦਾ ਇਕੱਠੇ ਹੋਵਾਂਗੇ, ਠੀਕ ਹੈ। ਜਿੰਨਾ ਦਬਾਉਂਗੇ ਉਦੋਂ ਓਪੋਜ਼ਿਟ ਰਿਐਕਸ਼ਨ ਮਿਲੂਗਾ ਹੈ ਨਾ। ਅਤੇ ਸੁਭਾਵਿਕ ਆ, ਤੁਹਾਨੂੰ ਸਾਡੇ ਸਾਰਿਆਂ ਦੇ ਸੁਭਾਅ ਬਾਰੇ ਪਤਾ ਹੈ ਨਾ। ਅਤੇ ਬਾਕੀ ਮੈਂ ਜਿੰਨੀ ਵੀ ਮੇਰੇ ਜਿੰਨੇ ਮੇਰੇ ਵੀਰ ਭਰਾ ਉੱਥੇ ਧਰਨੇ 'ਤੇ ਬੈਠੇ ਨੇ ਹੈ ਨਾ, ਜਿੰਨੇ ਵੀ ਪੰਜਾਬ ਦੇ ਵਿੱਚ ਨੇ ਹੈ ਨਾ, ਇੱਥੇ ਈਵਨ ਜਿਹੜੇ ਹਜੇ ਇੱਥੋਂ ਗਏ ਨਹੀਂ, ਠੀਕ ਹੈ ਨਾ, ਤੁਹਾਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰ ਬਣੇ, ਜਿਹੜੇ ਜਿਹੜੇ ਆਪਣੇ ਰਝੇਵਿਆਂ ਦੇ ਵਿੱਚ ਕੁਛ ਉਲਝੇ ਹੋਏ ਨੇ ਮੇਰਾ ਵੀਰ ਆਪਣੇ ਕੰਮ ਨਿਬੇੜ ਕੇ ਹੈ ਨਾ, ਆਪਾਂ ਸਾਰੇ ਜਾਣੇ ਉੱਥੇ ਪਹੁੰਚੀਏ ਹੈ ਨਾ। ਅਤੇ ਕੋਸ਼ਿਸ਼ ਕਰੀਏ ਵੀ ਆਪਾਂ ਉਹਨਾਂ ਸਾਰਿਆਂ ਦਾ ਸਹਾਰਾ ਬਣ ਸਕੀਏ, ਕਿਉਂਕਿ ਲੋਕਾਂ ਨੂੰ ਇਹ ਹੋ ਗਿਆ ਵੀ ਇਹ ਕਿਤੇ ਕਮਜ਼ੋਰ ਹੋ ਗਏ ਜਾਂ ਕੁਛ ਹੋਰ ਹੋ ਗਿਆ ਹੈ ਨਾ। ਪਰ ਮੈਂ ਇੰਨੀ ਗੱਲ ਦੱਸ ਦੇਣਾ ਚਾਹੁੰਦਾ ਵੀ ਜਦੋਂ ਜਦੋਂ ਲੋਕਾਂ ਨੇ ਸਾਨੂੰ ਮਾੜਾ ਸਮਝ ਕੇ ਵੀ ਅਸੀਂ ਪਿੱਛੇ ਰਹਿ ਗਏ, ਸਾਨੂੰ ਇਹ ਸਮਝਿਆ ਤਾਂ ਅਸੀਂ ਤਿਉਂ ਤਿਉਂ ਅੱਗੇ ਵਧੇ ਹੈ ਨਾ। ਕਈ ਬੰਦਿਆਂ ਨੂੰ ਲੱਗਦਾ ਵੀ ਹੈ ਨਾ, ਨੈਗੇਟਿਵਿਟੀ ਸਪਰੈਡ ਕਰੀ ਜਾਂਦੇ ਨੇ ਵੀ ਝੰਡਾ ਲਾਤਾ ਜੀ, ਫਲਾਨਾ ਲਾਤਾ, ਧਮਕਾ ਲਾਤਾ ਹੈ ਨਾ, ਠੀਕ ਹੈ। ਜੇ ਝੰਡਾ ਲਿਆ ਹੋਊਗਾ ਤਾਂ ਸਾਰਿਆਂ ਨੂੰ ਪਤਾ ਲੱਗ ਜੂ, ਠੀਕ ਹੈ ਨਾ, ਉਹ ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਕੁਛ ਕੁਛ ਇੱਦਾਂ ਦਾ ਹੋਇਆ ਵੀ ਹੋਊਗਾ ਨਾ ਤਾਂ ਕੋਈ ਸੱਚ ਹੁੰਦਾ, ਟਾਈਮ ਪਾ ਕੇ ਸਾਹਮਣੇ ਆਈ ਜਾਂਦਾ ਹੁੰਦਾ ਨਾ। ਬਸ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਮੇਰਾ ਵੀਰ ਹੈ ਨਾ, ਕੁਛ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਨੈਗੇਟਿਵਿਟੀ ਸਪਰੈਡ ਨਾ ਕਰੀਏ ਵੀ ਉਹਨੇ ਚੰਗਾ ਕੀਤਾ, ਉਹਨੇ ਮਾੜਾ ਕੀਤਾ, ਚਾਹੇ ਕਿਸੇ ਨੇ ਮਾੜਾ ਵੀ ਕੀਤਾ, ਠੀਕ ਹੈ। ਵੀ ਹੁਣ ਇਹ ਟਾਈਮ ਇਹ ਨਹੀਂ ਹੈਗਾ ਵੀ ਆਪਾਂ ਇੱਕ ਦੂਜੇ 'ਤੇ ਉਂਗਲਾਂ ਉਠਾਈ ਜਾਈਏ ਵੀ ਉਹਨੇ ਮਾੜਾ ਕੀਤਾ, ਇਹਨੇ ਮਾੜਾ ਕਰਤਾ, ਜਾਂ ਉਹ ਮਾੜਾ ਨਿਕਲ ਗਿਆ, ਉਹ ਗਦਾਰ ਹੈ, ਉਹ ਇਮਾਨਦਾਰ ਹੈ। ਬਸ ਜੋ ਵੀ ਜਿਵੇਂ ਵੀ ਹੋ ਗਿਆ, ਜੋ ਸਾਰਾ ਕੁਛ ਹੋ ਗਿਆ, ਭੁੱਲ ਭੁਲਾ ਕੇ ਆਪਸੀ ਵਖਰੇਵੇਂ ਦੂਰ ਕਰਕੇ, ਠੀਕ ਹੈ। ਆਪਣਾ ਮੇਨ ਮੁੱਦਾ ਇਹ ਨਹੀਂ ਹੈਗਾ, ਆਪਣਾ ਮੇਨ ਮੁੱਦਾ ਕੁਛ ਹੋਰ ਹੈ, ਮੇਨ ਮੁੱਦਾ ਆਪਣੇ ਬਿੱਲਸ ਨੇ ਹੈ ਨਾ, ਜਿਹੜੀਆਂ ਚੀਜ਼ਾਂ ਮੇਨ ਮੁੱਦਾ ਤਾਂ ਹੁਣ ਬਿੱਲਸ ਨੂੰ ਵੀ ਛੱਡ ਕੇ ਇਹ ਹੋਇਆ ਵੀ ਇੱਕ ਤਰ੍ਹਾਂ ਦਾ ਜ਼ੁਲਮ ਹੋਈ ਜਾਂਦਾ ਯਾਰ, ਠੀਕ ਹੈ। ਕਦੇ ਸਾਲੀ ਆਰਮੀ ਕਰਵਾ ਰਹੀ ਹੈ, ਕਦੇ ਕੋਈ ਪਹਾੜੇ ਦੇ ਟੱਟੂ ਲੈ ਕੇ ਡਾਂਗਾਂ ਲੈ ਕੇ ਆ ਜਾਂਦੇ ਨੇ ਹੈ ਨਾ, ਠੀਕ ਹੈ। ਅਤੇ ਕੋਈ ਇਹ ਨਹੀਂ ਹੈਗਾ ਵੀ ਕੋਈ ਡਾਂਗਾਂ ਨਾਲ ਜਾਂ ਕੋਈ ਕੁਛ ਇਹੋ ਜਿਹੜੇ ਬੰਦੇ ਸ਼ਰਾਰਤੀ ਅਨਸਰ ਨੇ ਵੀ ਸਾਨੂੰ ਆਪਣੀ, ਅਸੀਂ ਇੰਨੇ ਬੇਵਕੂਫ ਨਹੀਂ ਹੈਗੇ ਜਾਂ ਇੰਨੇ ਵੀ ਆਪਾਂ ਕਹਿ ਸਕਦੇ ਹਾਂ ਵੀ ਹੁਣ ਰੂੜ ਲੈਂਗੁਏਜ ਹੈ ਵੀ ਐਡੇ ਅਸੀਂ ਐਡੇ ਲੰਡੂ ਤਾਂ ਕੋਈ ਨਹੀਂ ਹੁੰਦਾ ਹੈਗਾ ਵੀ ਜਿਹਨੂੰ ਆਪਣੀ ਸੇਫਟੀ ਨਹੀਂ ਕਰਨੀ ਹੋਣੀ। ਕੋਈ ਦਿੱਕਤ ਵਾਲੀ ਗੱਲ ਨਹੀਂ, ਜੇ ਕੋਈ ਡਾਂਗਾ ਲੈ ਕੇ ਆਉਂਦਾ ਤਾਂ ਡਾਂਗਾ ਲੈ ਕੇ ਆਉਣ ਦੇ, ਕੋਈ ਦਿੱਕਤ ਵਾਲੀ ਗੱਲ ਨਹੀਂ। ਪਰ ਆਪਾਂ ਜਿਵੇਂ ਵੀ ਆਪਣੀਆਂ ਜਥੇਬੰਦੀਆਂ ਕਹਿ ਰਹੀਆਂ ਨੇ ਹੈ ਨਾ, ਮੂਹਰਲੇ ਬੰਦੇ ਕਹਿ ਰਹੇ ਨੇ ਯਾਰ, ਉਹ ਸਾਰੇ ਸਿਆਣੇ ਨੇ, ਠੀਕ ਹੈ, ਉਹਨਾਂ ਦੀ ਗੱਲ ਮੰਨੋ ਮੇਰਾ ਭਰਾ ਬਣ ਕੇ, ਅਸੀਂ ਵੀ ਸਾਰੇ ਪਹੁੰਚਾਂਗੇ, ਠੀਕ ਹੈ। ਅਤੇ ਸਾਰੇ ਜਣੇ ਜਣ ਪਹੁੰਚੋ, ਅਤੇ ਆਪਾਂ ਨੂੰ ਆਪਣੀ ਹੁਣ ਰੀਅਲ ਟਾਈਮ ਇਹ ਹੈ ਵੀ ਉੱਥੇ ਸਾਰਿਆਂ ਦੀ ਲੋੜ ਆਪਣੀ ਹੈ ਨਾ, ਅਤੇ ਸਾਰੇ ਜਣੇ ਮੇਰਾ ਭਰਾ ਪਹੁੰਚੋ, ਠੀਕ ਹੈ ਨਾ। ਅਤੇ ਆਪਾਂ ਥੋੜ੍ਹਾ ਜਿਹਾ ਸਬਰ ਤੋਂ ਕੰਮ ਲਈਏ, ਸਬਰ ਦਾ ਫਲ ਮਿੱਠਾ ਹੁੰਦਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਝੱਲਣੀਆਂ ਚੀਜ਼ਾਂ ਔਖੀਆਂ ਹੁੰਦੀਆਂ ਨੇ, ਪਰ ਆਪਾਂ ਨੂੰ ਪਰਮਾਤਮਾ ਨੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਬਰ ਦੀ ਦਾਤ ਬਹੁਤ ਵੱਡੀ ਬਖਸ਼ੀ ਹੈ, ਠੀਕ ਹੈ ਨਾ। ਅਤੇ ਸੋ ਸਬਰ ਨਾਲ, ਧਿਆਨ ਨਾਲ, ਸ਼ਾਂਤੀ ਨਾਲ ਕੰਮ ਲੈਣਾ ਮੇਰਾ ਵੀਰ ਹੈ ਨਾ। ਜੋ ਕੁਛ ਹੋ ਗਿਆ, ਕੌਣ ਮਾੜਾ ਸੀ, ਕੌਣ ਚੰਗਾ ਸੀ, ਸਾਰੇ ਆਪਸੀ ਵਖਰੇਵੇਂ ਭੁੱਲ ਕੇ ਆਪਾਂ ਇਕਜੁੱਟ ਹੋਈਏ, ਦਿੱਲੀ ਪਹੁੰਚੀਏ। ਜਿੰਨੇ ਮੇਰੇ ਭਰਾ, ਜਿੰਨੇ ਮੈਨੂੰ ਦੇਖ ਰਹੇ ਮੇਰਾ ਵੀਰ, ਹਜੇ ਗੇਮ ਮੁੱਕੀ ਨਹੀਂ ਹੈਗੀ, ਗੇਮ ਸ਼ੁਰੂ ਹੋਈ ਹੈ ਹਜੇ, ਠੀਕ ਹੈ ਨਾ। ਲੋਕ ਉੱਥੇ ਭੈਣ ਅੱਖਾਂ ਕੱਢਣ ਲੱਗ ਗਏ ਆਪਣੇ ਵੱਲ, ਅਤੇ ਆਪਣੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਸਾਰੇ ਜਣੇ ਉੱਥੇ ਪਹੁੰਚੀਏ।
ਅਤੇ ਅਸੀਂ ਵੀ ਪਹੁੰਚਾਂਗੇ। ਠੀਕ ਹੈ ਮੇਰਾ ਵੀਰ, ਆਪੋ ਆਪਣੇ ਰੁਝੇਵੇਂ ਨਿਬੇੜ ਕੇ, ਆਪਣੇ ਕੰਮ ਧੰਦੇ ਨਿਬੇੜ ਕੇ, ਹੈ ਨਾ, ਜੇ ਅੱਜ ਨਹੀਂ ਜਾ ਸਕਦੇ ਕੱਲ੍ਹ ਨੂੰ, ਜੇ ਕੱਲ੍ਹ ਨੂੰ ਜਾ ਸਕਦੇ ਪਰਸੋਂ, ਜਿੰਨੇ ਵੀ ਜਾ ਸਕਦੇ ਹੋ ਤਾਂ ਪਹੁੰਚੋ ਮੇਰਾ ਭਰਾ ਬਣ ਕੇ, ਹੈ ਨਾ। ਅਤੇ ਬਾਕੀ ਮੈਂ ਜਿੰਨੇ ਜਿਹੜੀਆਂ ਆਹ ਜਿਹੜੀ ਨੈਗੇਟਿਵ ਨਿਊਜ਼ ਨੇ, ਹੈ ਨਾ, ਨੈਗੇਟਿਵ ਸਟੇਟਮੈਂਟਸ ਨੇ, ਇਹਨਾਂ ਨੂੰ ਇਗਨੋਰ ਕਰੋ। ਕੌਣ ਕੀ ਕਹਿ ਰਿਹਾ, ਕੌਣ ਨਹੀਂ ਕਹਿ ਰਿਹਾ, ਠੀਕ ਹੈ। ਅੰਦੋਲਨ ਅੱਜ ਵੀ ਚੱਲ ਰਿਹਾ, ਠੀਕ ਹੈ ਨਾ, ਅੱਜ ਵੀ ਸਾਡੇ ਭਰਾ ਉੱਥੇ ਬੈਠੇ ਨੇ, ਠੀਕ ਹੈ, ਅਤੇ ਦ੍ਰਿੜ ਇਰਾਦਾ ਕਰੀ ਬੈਠੇ ਨੇ। ਆਪਾਂ ਉਹਨਾਂ ਦੇ ਹੌਂਸਲੇ ਦੱਸ ਦੇਈਏ, ਉਹਨਾਂ ਦਾ ਹੌਂਸਲਾ ਬਣੀ, ਉਹਨਾਂ ਦੀ ਹੌਂਸਲਾ ਅਫਜਾਈ ਕਰੀ, ਉਹਨਾਂ ਦੇ ਨਾਲ ਜਾ ਕੇ ਬੈਠੀਏ, ਠੀਕ ਹੈ ਨਾ। ਅਤੇ ਇਹ ਸਾਰੀਆਂ ਗੱਲਾਂ ਵੱਖਰੇ ਮੇ, ਆਪਸੀ ਛੱਡੋ ਮੇਰਾ ਭਰਾ ਬਣ ਕੇ। ਅਤੇ ਬਾਕੀ ਜਿਹੜੇ ਅੱਜ ਆਹ ਲੰਡੂ ਕਤੀੜ ਜਿਹੜੀ ਅੱਜ ਵੀ ਆਈ ਹੈ, ਹੈ ਨਾ, ਅੱਜ ਪੁਲਿਸ ਦੇਖੀ ਸੀ, ਮੂਕ ਦਰਸ਼ਕ ਬਣੀ ਖੜੀ ਸੀ, ਹੈ ਨਾ, ਵੀ ਕੋਈ ਦਿੱਕਤ ਨਹੀਂ, ਜਦੋਂ ਆਪਾਂ ਕੀ ਕਹਿੰਦੇ ਹੁੰਦੇ ਹਾਂ ਵੀ ਘੱਟ ਗਿਣਤੀਆਂ ਦੇ ਉੱਤੇ ਇਹ ਸਾਰੀਆਂ ਸਾਰੇ ਦੇਸ਼ਾਂ ਦੇ ਵਿੱਚ ਇਹ ਸਰਕਾਰਾਂ ਕਰਦੀਆਂ, ਪਰ ਜਿਹੜੇ ਗੜਸ ਵਾਲੇ ਬੰਦੇ ਹੁੰਦੇ ਨੇ ਉਹ ਹਮੇਸ਼ਾ ਉਹਦਾ ਹਿੱਕ ਠੋਕ ਕੇ ਸਾਹਮਣਾ ਕਰਦੇ। ਆਪਣਾ ਪੰਜਾਬ ਦਾ ਕਰਾਉਂਦਾ ਕਰਦਾ ਹੈ, ਆਪਾਂ ਹੁਣ ਵੀ ਕਰਾਂਗੇ, ਅਤੇ ਆਪਣੇ ਖੂਨ 'ਚ ਹੈ, ਠੀਕ ਹੈ, ਕੋਈ ਆਪਾਂ ਨੂੰ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਹੈਗਾ, ਠੀਕ ਹੈ, ਚਾਹੇ ਲੱਖ ਸਰਕਾਰਾਂ ਹੁਣ, ਹੈ ਨਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਗਿਣਤੀਆਂ ਕਦੇ ਡਿਸਾਈਡ ਨਹੀਂ ਕਰਦੀਆਂ ਹੁੰਦੀਆਂ ਵੀ ਕੌਣ ਕਿੰਨਾ ਕੁ ਪਾਵਰਫੁੱਲ ਹੈ, ਜਿਨ੍ਹਾਂ ਦੇ ਵਿੱਚ ਗੜਸ ਹੁੰਦੀ ਹੈ, ਜ਼ਮੀਰ ਹੁੰਦਾ, ਉਹ ਆਪਦੀ ਕਿੱਲੀ ਦੱਬ ਹੀ ਲੈਂਦੇ ਨੇ, ਠੀਕ ਹੈ ਨਾ। ਸੋ ਹੌਂਸਲਾ ਢਾਉਣ ਦੀ ਲੋੜ ਨਹੀਂ ਮੇਰਾ ਭਰਾ, ਠੀਕ ਹੈ, ਇੱਕਜੁੱਟ ਹੋਵੋ, ਠੀਕ ਹੈ, ਸਾਰਾ ਕੁਛ ਭੁੱਲ ਜਾਓ, ਬਖਰੇ ਮੇਂ ਵੀ ਯਾਰ ਫਲਾਉਂਦੇ ਨੇ, ਗਲਤ ਕਰਤਾ ਫਲਾਉਂਦੇ ਨੇ, ਝੰਡਾ ਚੜ੍ਹਾਤਾ, ਕੋਈ ਦਿੱਕਤ ਨਹੀਂ, ਸਾਰੇ ਇਨਸਾਨ ਆਪਾਂ, ਸਭ ਤੋਂ ਗਲਤੀਆਂ ਹੁੰਦੀਆਂ ਨੇ, ਠੀਕ ਹੈ। ਜੇ ਤੁਹਾਨੂੰ ਲੱਗਦਾ ਪਹਿਲੀ ਗੱਲ ਤਾਂ ਕੋਈ ਐਡੀ ਕੋਈ ਗੱਲ ਨਹੀਂ ਹੈਗੀ, ਠੀਕ ਹੈ, ਉਹ ਆਪਣੇ 'ਚੋਂ ਹੀ ਨੇ ਸਾਰੇ, ਤਾਂ ਆਪਾਂ ਸਾਰੇ ਇੱਕਜੁੱਟ ਇਕੱਠੇ ਹੋਈਏ, ਸਾਰਾ ਆਪਸੀ ਬਖਰੇ ਮੇਂ ਭੁਲਾ ਕੇ, ਸਾਰੇ ਬਾਈ ਪਹੁੰਚੀ ਆਪਾਂ ਉੱਥੇ, ਠੀਕ ਹੈ। ਅੱਜ ਆਪਣੇ ਸਾਰਿਆਂ ਦੀ ਲੋੜ ਹੈ, ਸਾਨੂੰ ਗਰਮ ਧੜਿਆਂ ਦੀ ਵੀ ਲੋੜ ਹੈ, ਸਾਨੂੰ ਨਰਮ ਧੜਿਆਂ ਦੀ ਵੀ ਲੋੜ ਹੈ, ਸਾਰੇ ਜਣੇ ਪਹੁੰਚੋ ਇੱਕ ਮੰਚ 'ਤੇ ਇਕੱਠੇ ਹੋਈਏ ਆਪਾਂ, ਸਾਨੂੰ, ਠੀਕ ਹੈ ਨਾ, ਹੌਂਸਲਾ ਅਫਜਾਈ ਕਰੀਏ, ਅਤੇ ਆਹ ਨੈਗੇਟਿਵਿਟੀ ਤੋਂ ਬਚੋ ਮੇਰਾ ਵੀਰ। ਜਿਹੜੀ ਆ ਫੇਕ ਨਿਊਜ਼ ਚੱਲ ਰਹੀਆਂ ਨੇ ਹੁਣ ਟੀਵੀ 'ਤੇ ਵੀ, ਉਹਨੇ ਝੰਡਾ ਲਹਿਰਾਤਾ, ਉਹਨੇ ਫਲਾਨਾ ਕਰਤਾ, ਧਿਮਕਾ ਕਰਤਾ, ਤੁਹਾਨੂੰ ਵੀ ਪਤਾ, ਹੈ ਨਾ, ਸਭ ਵਿਕਿਆਊ ਵਿਕੇ ਹੋਏ ਲੋਕ ਨੇ, ਹੈ ਨਾ, ਇਹਨਾਂ ਦੀਆਂ ਖਬਰਾਂ 'ਤੇ, ਇਹਨਾਂ ਦੀਆਂ ਸਟੇਟਮੈਂਟਸ 'ਤੇ ਬਿਲਕੁਲ ਧਿਆਨ ਨਾ ਦਿਓ, ਠੀਕ ਹੈ ਨਾ। ਅਤੇ ਅੱਜ ਆਪਾਂ ਇਕੱਠੇ ਹੋਈ, ਆਪਣੀ ਉੱਥੇ ਲੋੜ ਹੈ ਸਾਰਿਆਂ ਦੀ, ਠੀਕ ਹੈ, ਸਾਰੇ ਜਣੇ ਪਹੁੰਚੋ ਮੇਰਾ ਵੀਰ। ਜੈ ਜਵਾਨ, ਜੈ ਕਿਸਾਨ।